ਇਹ ਬੋਰਡ ਤੇ ਫਿਰ ਉਦੋਂ ਵੀ ਹੋਏਗਾ ਜਿਹੜੇ ਬੋਰਡ ਨੇ ਨਾ ਇਹ ਬੋਰਡ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਦਾਦਾ ਬੋਰਡ ਹੋਵੇ ਕਿਉਂਕਿ ਬੋਰਡ ਵੀ ਅੱਜ ਕੱਲ੍ਹ ਜਿਹੜੇ ਨੇ ਸਾਡੇ ਪਿੰਡਾਂ ਦੇ ਵਿੱਚੋਂ ਅਲੋਪ ਹੋ ਰਹੇ ਨੇ, ਪੁਰਾਣੇ ਦਰਖਤ ਅਲੋਪ ਹੋ ਰਹੇ ਨੇ ਸਾਡੇ ਪਿੰਡਾਂ ਦੇ ਵਿੱਚੋਂ, ਜਿਹੜੇ ਪੁਰਾਣੇ ਦਰਖਤ ਨੇ ਉਹਨਾਂ ਨੂੰ ਵੱਢ ਕੇ ਅਤੇ ਉਹਨਾਂ ਦੇ ਥਾਂ 'ਤੇ ਕੋਠੀਆਂ ਬਣਾਈਆਂ ਜਾ ਰਹੀਆਂ ਨੇ, ਪਰ ਕਿਤੇ ਕਿਤੇ ਇਹ ਜਿਹੜੇ ਬਜ਼ੁਰਗ ਦਰਖਤ ਵੀ ਸਾਨੂੰ ਮਿਲਦੇ ਨੇ ਨਾ, ਇਹ ਬਜ਼ੁਰਗ ਦਰਖਤ ਵੀ ਸਾਨੂੰ ਸਾਡੇ ਬਜ਼ੁਰਗਾਂ ਦੀ ਯਾਦ ਦਿਵਾਉਂਦੇ ਨੇ। ਇਹਨਾਂ ਦਰਖਤਾਂ ਦੇ ਥੱਲੇ, ਇਸ ਛਾਂ ਦੇ ਥੱਲੇ ਕਿਤੇ ਮੇਰੇ ਬਜ਼ੁਰਗ ਜਿਹੜੇ ਨੇ ਉਹ ਖੇਡੇ ਹੋਣਗੇ, ਬੰਟੇ ਖੇਡੇ ਹੋਣਗੇ, ਗੁੱਲੀ ਡੰਡਾ ਖੇਡੇ ਹੋਣਗੇ। ਬਹੁਤ ਵਧੀਆ ਨਜ਼ਾਰਾ ਲੈਂਦੇ ਪੰਜਾਬ ਦੇ ਵਿੱਚ। ਇਹ ਪਿੰਡ ਹੈ ਰਾਏਪੁਰ, ਜਿੱਥੋਂ ਮੇਰੇ ਬਜ਼ੁਰਗ ਵੰਡ ਤੋਂ ਬਾਅਦ ਦੂਸਰੇ ਪਾਸੇ ਸ਼ਿਫਟ ਹੋ ਗਏ ਸਨ। ਬਹੁਤ ਸੋਹਣਾ, ਖੁਸ਼ਬੂ ਆਈ ਘੁੰਮਣਾ, ਬਿਲਕੁਲ ਬਿਲਕੁਲ। ਵਾਜ਼ਦਾ ਦੱਸਿਆ ਕਿ ਉੱਥੇ ਬਾਗ ਸ਼ਾਗ ਸੀ ਵਿੱਚ ਹੀ, ਹਵੇਲੀ ਦੇ ਵਿੱਚ ਹੀ ਬਾਗ ਸਨ, ਹਵੇਲੀ ਦੇ ਵਿੱਚ ਹੀ ਖੂਹ ਵੀ ਲੱਗਾ ਹੋਇਆ ਸੀ, ਹਵੇਲੀ ਚੁਬਾਰ ਮਤਲਬ ਦੋ ਮੰਜ਼ਿਲਾ ਘਰ ਸੀ। ਖੂਹ ਵੀ ਸੀ ਉੱਥੇ, ਉਸੇ ਹਵੇਲੀ ਚ ਖੂਹ ਵੀ ਸੀ, ਨਲਕਾ ਵੀ ਸੀ, ਜ਼ਮੀਨ ਇੱਥੇ ਫਿਰ ਉਹ ਪਿੰਡ ਹੈ ਨਾ, ਇਹਦਾ ਉਹ ਜ਼ਰੀ ਮਾਹੌਲ ਨਹੀਂ ਰਿਹਾ, ਸਾਰੇ ਲੋਕ ਨੇ ਹੁਣ ਆਪਣੇ ਉਹ ਫੈਕਟਰੀ 'ਚ ਕੰਮ ਕਰਦੇ ਕੋਈ ਕਿਤੇ, ਵਾਦੀ ਕੰਜਸਟਡ ਹੋ ਗਈ ਹੈ। ਜਿਸ ਵੇਲੇ ਉਹ ਸਨ ਲੋਕ ਉਦੋਂ ਖੁੱਲੇ ਖੁੱਲੇ ਘਰ ਜ਼ਿਮੀਦਾਰਾਂ ਮਾਹੌਲ 'ਚ, ਕਿਉਂਕਿ ਜਿੱਦਾਂ ਉਹ ਮੈਨੂੰ ਡਿਸਕ੍ਰਾਈਬ ਕਰਦੇ ਸਨ ਉਹ ਥੋੜਾ ਮਤਲਬ ਉਹ ਚੀਜ਼ ਨਹੀਂ ਹੈਗੀ, ਹੁਣ ਕੰਜੈਸਟਡ ਹੋ ਗਿਆ ਥੋੜਾ, ਕੰਜੈਸਟਡ ਹੋ ਗਿਆ ਕਿਉਂਕਿ ਪਾਰਟੀਸ਼ਨ ਹੋਈ ਨਾ, ਇੱਕ ਘਰ ਦੇ ਵਿੱਚ ਚਾਰ ਚਾਰ ਘਰ ਬਣ ਗਏ, ਉਹ ਫਿਰ ਲੋਕਾਂ ਨੇ ਜਿਸ ਹੁਣ ਤਿੰਨ ਮੰਜ਼ਿਲ ਹੈ ਸਾਨੂੰ ਆਉਂਦਿਆਂ ਸਾਹ ਭੁੱਲ ਗਿਆ,
ਪੁਰਾਣਾ ਡਬਲ ਸਟੋਰੀ ਉਹ ਪੱਖਾ, ਉਹ ਪੱਖੇ ਨੂੰ ਤਾਂ ਮੈਂ ਆਪ ਹੀ ਵੇਖਿਆ ਅੱਲਾ ਜਿਸ ਵੇਲੇ ਬਲੈਡ ਬੰਦ ਹੁੰਦੀ ਤੇ ਬੋਬੋ ਹੁੰਦੀ ਉਹ ਬੇਬੇ ਉਹਨਾਂ ਦੀ ਦਾਦੀ, ਸੁਚੇਤ ਇਹ ਹੁਣ ਵੱਡਿਆਂ ਤੋਂ ਅਗਰ ਪਤਾ ਚੱਲ ਪਾਵੇ ਸੁਚੇਤ ਸਿੰਘ ਤੁਹਾਡੇ ਕੀ ਲੱਗਦੇ ਸਰ? ਹਾਂ ਮੈਂ ਪਤਾ ਕਰਨ ਦੀ ਕੋਸ਼ਿਸ਼ ਕਰਾਂਗੀ ਕੁਝ ਹੋਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਰਾਬਤਾ ਕਰਕੇ, ਕਿਉਂਕਿ ਮੇਰੇ ਫਾਦਰ ਸਾਹਿਬ ਦੀ ਵੀ ਤਬੀਅਤ ਬਹੁਤ ਹੀ ਠੀਕ ਨਹੀਂ ਰਹਿੰਦੀ, ਉਹਨਾਂ ਦੀ ਵੀ ਮੈਮਰੀ ਦੀ ਪ੍ਰੋਬਲਮ ਹੋਣ ਕਰਕੇ ਨਾ। ਹਾਂ ਹਾਂ ਤੇ ਮੈਂ ਮੈਂ ਜਦੋਂ ਉੱਥੇ ਆ ਕੇ ਬਹਿਣਾ ਤੇ ਮੈਨੂੰ ਆਪਣੇ ਦਾਦਾ ਜੀ, ਕਿਉਂਕਿ ਮੈਂ ਜਦੋਂ ਮੇਰੇ ਦਾਦਾ ਜੀ ਫੌਤ ਹੋਏ ਨੇ ਤੇ ਮੈਂ ਉਹਨਾਂ ਦੇ 40 ਦਿਨ ਬਾਅਦ ਪੈਦਾ ਹੋਇਆ, ਉਹ ਮੈਂ ਇੱਕ ਤੇ ਇਹ ਬੜਾ ਸੀ ਕਿ ਉਹ ਦਾਦਾ ਜੀ ਨੂੰ ਵੇਖ ਨਹੀਂ ਸਕਿਆ, ਉਹਨਾਂ ਦੇ ਗੱਲਾਂ ਸੁਣ ਕੇ ਇੱਕ ਬੜੇ ਠੰਡੇ ਮਿਜ਼ਾਜ ਦੇ ਬੜੇ ਅੱਛੇ ਆਦਮੀ ਸਨ, ਫਿਰ ਉਹਦੇ ਜਿਹੜੇ ਦੋਸਤ ਸਨ ਇੱਥੇ, ਜਦੋਂ ਮੈਂ ਅੰਬਾਂ ਦੇ ਦਰਖਤ ਵੇਖਦਾ ਸੀ ਤਾਂ ਮੈਨੂੰ ਉਹ ਯਾਦ ਆ ਜਾਂਦਾ ਸੀ ਕਿ ਇਹ ਮੇਰੇ ਦਾਦਾ ਜੀ ਦੇ ਦੋਸਤ ਬੇਲਾ ਸਿੰਘ ਕਸ਼ਮੀਰੀਆਂ ਦੇ ਘਰ ਸਨ, ਕੁਛ ਇਹਨਾਂ ਦਾ ਘਰ ਸੀ ਤੇ ਬਾਕੀ ਜਿਹੜੇ ਘਰ ਦੇ ਵਿੱਚ ਅਸੀਂ ਬੈਠੇ ਸੀਗੇ ਉਹਨਾਂ ਦੇ ਜਿਹੜੇ ਬਜ਼ੁਰਗ ਸਨ ਉਹ ਸਰਦਾਰ ਸਨ। ਹਾਂ ਜਿਨ੍ਹਾਂ ਦੇ ਬੈਠੇ ਸੀ ਉਹ ਸਰਦਾਰ ਸਨ, ਚਾਚੇ ਬੂਟੇ ਦੇ ਫਖਰ ਹੋਣਾ ਚਾਹੀਦਾ। ਦੇਖੋ ਇਨਸਾਨ ਮਜ਼ਹਬ ਬਦਲ ਸਕਦਾ ਹੈ, ਕਲਚਰ ਨਹੀਂ ਉਹਦਾ ਬਦਲਿਆ ਜਾਂਦਾ, ਉਹਦਾ ਨਸਲ ਉਹਦਾ ਖੂਨ ਨਹੀਂ ਬਦਲਿਆ ਜਾਂਦਾ। ਜਿਹੜੇ ਬਾਕੀ ਮੁਸਲਮਾਨ ਤੁਸੀਂ ਕੁਰਬ ਚੋਂ ਆਏ ਹੋ ਤੁਸੀਂ ਵੀ ਕਨਵਰਟੀ ਹੋਏ ਜੀ, ਸਾਰੇ ਕਨਵਰਟਡ ਹਰ ਮਜ਼ਹਬ ਨੂੰ ਹਰ ਕੌਮ ਨੂੰ ਆਪਣੇ ਆਪ ਤੇ ਫਖਰ ਹੈ। ਫਖਰ ਜਿਹੜੇ ਸਰਦਾਰ ਨੇ ਉਹਨੂੰ ਆਪਣੇ ਆਪ ਤੇ ਫਖਰ ਹੈ। ਮੇਰੇ ਦੋਸਤ ਆਏ ਬੈਠੇ ਨੇ ਫੈਕਟਰੀ ਯੂ ਐਸ ਏ ਹੁੰਦੇ ਨੇ ਜੀ ਜੀ, ਤੇ ਉਹ ਆਉਂਦੇ ਨੇ ਮੈਨੂੰ ਉੱਥੇ ਇੱਕ ਸਰਦਾਰ ਮਿਲਿਆ ਅਤੇ ਉਹ ਦੱਸਿਆ ਵੀ ਮੈਂ ਮੁਸਲਮਾਨ ਅਤੇ ਆ ਤੇ ਉਹ ਅਤੇ ਉਹ ਸਰਦਾਰ ਆਉਂਦਾ ਮਰਸਡੀਜ਼ ਤੋਂ ਲੈ ਕੇ ਟਾਂਗੇ 'ਤੇ ਬਹਿ ਗਏ ਉਹ ਇਹਨੀ ਸਮਝਦੇ ਨੇ ਉਹ ਫਖਰ ਮਹਿਸੂਸ ਕਰਦੇ ਨੇ ਮੇਰੇ ਸਰਦਾਰ ਪਾਰਟੀਸ਼ਨ ਦੀ ਕੀਮਤ ਕਿਨਾਂ ਅਦਾ ਕੀਤੀ
ਚਲੋ ਉਸ ਤੋਂ ਬਾਅਦ ਵੇਖ ਲੈਣਾ, ਉਸ ਤੋਂ ਬਾਅਦ ਜਿਹੜੀਆਂ ਜੰਗਾਂ ਹੋਈਆਂ ਉਹਦੇ ਚ ਕਿਹਨਾਂ ਨੂੰ ਲੜਾਇਆ ਗਿਆ? ਪੰਜਾਬੀਆਂ ਨੂੰ ਲੜਾਇਆ ਗਿਆ, ਬੈਟਲ ਫੀਲਡ ਵੀ ਪੰਜਾਬ ਸੀ, ਬੈਟਲ ਫੀਲਡ ਬਾਬੇ ਖੁਸ਼ੀ ਕਸ਼ਮੀਰੀ ਦੀ ਜਿਹਨਾਂ ਨਾਲ ਲੱਗਦੀ ਸੀ ਉਦੋਂ ਉਹਨਾਂ ਨੂੰ ਮਾਰਨ ਦੇ ਚੱਕਰਾਂ ਸੀ। ਮੇਰੇ ਵਾਲ ਸਾਹਿਬ ਦੱਸਦੇ ਜਦੋਂ ਪਾਰਟੀਸ਼ਨ ਹੋਈ ਹੈ ਨਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਇਹ 36 ਜ਼ਿਲ੍ਹੇ ਪੰਜਾਬ ਸੀ। ਉਹਨਾਂ ਕਹਿੰਦੇ 20 ਇੱਧਰ ਕਰ ਦਿਓ ਤੇ 16 ਇੰਡੀਆ ਨੂੰ ਦੇ ਦਿਓ, ਜਿਸ ਤਰ੍ਹਾਂ ਆਪਣੇ ਕਹਿਸਾਂ ਸਾਈਨ ਕਰਦੇ। ਚੌਥੇ ਜਨਰਲ ਸਰਬਾਨੀ ਜੀ ਤੁਸੀਂ ਉਧਰ ਟੁਰੇ ਨੇ, ਤੁਹਾਡਾ ਕਲਾਨੌਰ ਵੀ ਪਹਿਲੇ ਪੰਜਾਬ ਚ ਸੀ, ਹੁਣ ਹਰਿਆਣੇ ਚ ਹੈ, ਪੰਜਾਬ ਚ ਸੀ। ਹਾਂ ਹੁਣ ਹਰਿਆਣਾ, ਉਹ ਜਿਹੜਾ ਜਲੰਧਰ ਨੇ ਉੱਥੋਂ ਰਾਹ ਜਾਂਦਾ ਕਸ਼ਮੀਰ ਨੂੰ, ਉਹ ਰਾਹ ਗੁਰ ਕਸ਼ਮੀਰ ਨੂੰ ਲੱਗਦਾ। ਆਹ ਪਠਾਨਕੋਟ ਨਹੀਂ, ਪਠਾਨਕੋਟ ਚੋਂ ਜਾਂਦਾ, ਪਠਾਨਕੋਟ ਤੋਂ ਗੁਰਦਾਸਪੁਰ ਤੋਂ ਹੀ, ਉਹ ਇੱਕ ਰਾਹ ਜਿਹਨੂੰ ਖਟੂਏ ਵਾਲ ਬੋਲਾਉਂਦੇ ਨੇ, ਉਹ ਹੀ ਰਾਹ, ਉਹ ਪਠਾਨਕੋਟ ਦੇ, ਉਹ ਪਠਾਨਕੋਟ ਦਾ। ਉਹ ਸ਼ਕਰਗੜ੍ਹ ਚੌਥੇ ਦਿਨ ਅਸੀਂ ਨਿਕਲੇ ਉੱਥੋਂ, ਸ਼ਕਰਗੜ੍ਹ ਤਹਿਸੀਲ ਹੈ ਤਾਂ ਦੇਤੀ ਆਹ ਤੇ ਬਾਕੀ ਜ਼ਿਲ੍ਹਾ ਉੱਤਰ ਦੇਦਾ ਬੇ ਯਾਰੋ ਮਦਦ ਕਰ, ਕੋਈ ਸ਼ੈ ਨਹੀਂ, ਇਸ ਤਰ੍ਹਾਂ ਖਾਲੀ ਇੱਥੇ ਛੱਡ ਕੇ ਆ ਗਏ। ਉਹ ਜੀ ਇੰਜੀ ਜਿਹੜੀ ਸਾਰੀ ਗੱਲ ਹੁੰਦੀ ਹੈ ਉਹ ਹੁੰਦੀ ਹੈ ਮਿੱਟੀ ਦੀ ਗੱਲ, ਤੇ ਅੱਜ ਇਹ ਰਾਏਪੁਰ ਦੀ ਮਿੱਟੀ ਮੈਂ ਆਪਣੀ ਝੋਲੀ ਚ ਪਵਾ ਕੇ ਵਾਪਸ ਉਸ ਚੜ੍ਹਦੇ ਪੰਜਾਬ ਦੇ ਵਿੱਚ ਲੈ ਕੇ ਜਾ ਰਹੀ ਹਾਂ, ਤੇ ਇਹ ਜਾ ਕੇ ਮੈਂ ਕੁਝ ਆਪਣੇ ਘਰ ਦੇ ਲੌਨ ਦੇ ਵਿੱਚ ਪਾਵਾਂਗੀ, ਕੁਝ ਗਮਲੇ ਵਿੱਚ ਪਾ ਕੇ ਉਹਦੇ ਵਿੱਚ ਕੋਈ ਬੂਟਾ ਲਾਵਾਂਗੀ। ਇਹ ਬਹੁਤ ਹੀ ਕੀਮਤੀ ਮਿੱਟੀ ਹੈ, ਇਹ ਇਹ ਮਿੱਟੀ ਜਿਹੜੀ ਹੈ ਨਾ, ਬਸ ਮਿੱਟੀ ਦੀ ਹੀ ਗੱਲ ਹੈ, ਇਹ ਮਿੱਟੀ ਦੀ ਖਿੱਚ ਹੈ ਜਿਹੜੀ ਅੱਜ ਮੈਨੂੰ ਇੱਥੇ ਲੈ ਕੇ ਆਈ ਹੈ। ਥੈਂਕ ਯੂ ਬੇਟਾ, ਗੋਡ ਬਲੈਸ ਯੂ। ਬਿਠਾ ਕਰ ਦੋ ਹੱਥ ਲਾਓ ਇੱਕ ਬਿਠਾ ਵੀ ਕਰੋ ਇੱਕ ਬਿਠਾ ਵੀ ਕਰ ਦੋ।